ਅਰਵਿੰਦ ਕੁਮਾਰ ਤੁਸੀਂ ਦੇਖਦੇ ਹੋ ਵੀਲ ਚੇਅਰ 'ਤੇ, ਅਰਵਿੰਦ ਕੁਮਾਰ ਦੇ ਟੈਸਟੀਕਲ 'ਚ ਪਾਣੀ ਭਰਿਆ ਹੋਇਆ ਵਾ, ਪੇਟ 'ਚ ਵੀ ਪਾਣੀ ਭਰਿਆ ਹੋਇਆ, ਸਕਿਨ ਦੀ ਬਿਮਾਰੀ ਹੈ। ਦੇਖੋ ਸਾਰਾ ਮਾਸ ਜਿਵੇਂ ਸੱਪ ਦੀ ਕੰਜ ਲੈਂਦੀ ਐ ਛਿਲਕੇ ਲਈ ਜਾਂਦੇ ਆ। ਤੁਹਾਡੇ ਬੱਚੇ ਜੀ? ਤੀਨ ਲੜਕੀ ਇੱਕ ਲੜਕਾ ਹੈ। ਦੋ ਲੜਕੇ ਹੈ, ਦੋ ਲੜਕੀਆਂ। ਨਿੱਕਾ ਜਿਹਾ 6 ਮਹੀਨੇ ਦਾ ਬੱਚਾ ਗੋਦ ਦੇ ਵਿੱਚ ਆ। ਇਹਨਾਂ ਬੱਚਿਆਂ ਦਾ ਕੀ ਕਸੂਰ ਆ? ਪੜ੍ਹਾਈ ਵੀ ਖਰਾਬ ਹੋ ਰਹੀ ਹੈ, ਜ਼ਿੰਦਗੀ ਵੀ ਖਰਾਬ ਹੋ ਰਹੀ ਆ, ਬਾਪ ਹਸਪਤਾਲਾਂ ਦੇ ਵਿੱਚ ਆ। ਅਤੇ ਅਰਵਿੰਦ ਕੁਮਾਰ ਲਈ ਅਰਦਾਸ ਕਰਿਓ, ਦੀਪ ਜੀ ਇਹ ਪੇਸ਼ੈਂਟ ਹੈ ਸਾਡੇ ਕੁਆਟਰਾਂ ਦੇ ਵਿੱਚ ਰਹਿ ਰਿਹਾ। ਜਿੰਨਾ ਟਾਈਮ ਹੋਇਆ ਅਤੇ ਅਸੀਂ ਮਦਦ ਬਹੁਤ ਕੀਤੀ, 10 ਮਹੀਨੇ ਤੋਂ ਕਿਰਾਇਆ ਵੀ ਨਹੀਂ ਲਈ ਆ। ਇਹਦੀ ਹਾਲਤ ਬਹੁਤ ਜ਼ਿਆਦਾ ਖਰਾਬ ਆ, ਇਹਦੇ ਛੋਟੇ ਛੋਟੇ ਬੱਚੇ ਨੇ। ਇਹ ਵਿਚਾਰੇ PGI ਤੱਕ ਵੀ ਜਾ ਕੇ ਘੁੰਮ ਆਏ, ਇਹਨਾਂ ਕੋਲ ਜਿੰਨਾ ਵੀ ਕੋਈ ਦਿੰਦਾ ਲੈਂਦਾ ਸੀ ਪੈਸੇ ਫੜ ਕੇ ਇਹਨਾਂ ਨੇ ਇਲਾਜ ਕਰਾਇਆ, ਪਰ ਹੁਣ ਇਹਦਾ ਕੋਈ ਇਲਾਜ ਨਹੀਂ ਹੋ ਰਿਹਾ। ਇਹਦੇ ਕੋਲ ਇੰਨਾ ਪੈਸਾ ਨਹੀਂ ਹੈ, ਬਹੁਤ ਜ਼ਿਆਦਾ ਗਰੀਬੀ ਹੈ। ਇਹਦੇ 4 ਬੱਚੇ ਆ, ਇਹਦੀ ਹੈਲਪ ਕਰੋ ਵੀਰ ਜੀ, ਤੁਸੀਂ ਇਹਨੂੰ ਬਚਾਓ। ਇਹ ਵਿਚਾਰੀ ਇਹਦੇ ਘਰ ਵਾਲੀ, ਬਸ ਵੀਰ ਜੀ ਇਹੀ ਬੇਨਤੀ ਆ, ਤੁਸੀਂ ਇੰਨੇ ਦੁਨੀਆਂ ਦੇ ਮਸੀਹੇ ਹੋ, ਇਹਨਾਂ ਦੀ ਵੀ ਹੈਲਪ ਕਰੋ ਵੀਰ ਜੀ, ਕਿਰਪਾ ਕਰਕੇ। ਸਾਡੀ ਵੀ ਇਹੀ ਬੇਨਤੀ ਆ, ਤੁਸੀਂ ਸਾਨੂੰ ਦੱਸੋ ਅਸੀਂ ਕਿੱਦਾਂ ਕਰੀਏ, ਅਸੀਂ ਲੈ ਕੇ ਆਈਏ ਤੁਹਾਡੇ ਕੋਲ ਜਾਂ ਤੁਸੀਂ ਲੈ ਜਾਓਗੇ ਆ ਕੇ? ਸਾਡਾ ਪਿੰਡ ਆ ਕੁਹਾੜਾ ਜੰਡਿਆਲੀ। ਹਾਂਜੀ ਸਤਿ ਸ਼੍ਰੀ ਅਕਾਲ। ਨਮਸਤੇ ਬਾਬੂ ਜੀ, ਹੁਆ ਕਿਆ ਹੈ ਆਪਕੋ? ਬਾਬੂ ਜੀ ਇਧਰ ਖਰਾਬ ਹੋ ਗਿਆ ਹੈ, ਪੋਤਾ ਨਾ ਹੋ ਗਿਆ ਹੈ, ਠੰਡੀ ਹੋ ਕੇ ਬੁਖਾਰ ਆਤਾ ਹੈ, ਇਹ ਵਾਇਰ ਪੂਰਾ ਸੁੱਜ ਗਿਆ ਹੈ, ਪੂਰਾ ਗਈ। ਡਾਕਟਰ ਨੇ ਕਿਆ ਬੋਲਾ? ਸੋਰਾਇਸਿਸ ਹੈ ਬੋਲਾ, ਕਿਆ ਬੋਲਾ ਡਾਕਟਰ? ਲੀਵਰ ਕੀ ਪ੍ਰੋਬਲਮ ਬੋਲਾ ਉਹਨਾਂ ਨੇ? ਲੀਵਰ ਕੇ ਨਹੀਂ ਪ੍ਰੋਬਲਮ ਹੈ, ਹੋਰ ਇਨਫੈਕਸ਼ਨ ਹੋ ਗਿਆ। ਇਨਫੈਕਸ਼ਨ ਹੋ ਗਿਆ, ਟੀਬੀ ਹੋ ਗਿਆ। ਟੀਬੀ? ਕਿਸ ਚੀਜ਼ ਕਾ ਟੀਬੀ ਹੈ? ਫੇਫੜੇ ਕਾ? ਪਹਿਲੇ ਹੇੜ ਕੇ ਅੱਡੀ 10-12 ਸਾਲ ਪਹਿਲੇ ਹੋਇਆ ਥਾ, ਉਸਕੇ ਬਾਅਦ ਦੁਬਾਰਾ ਸਟਾਰਟ ਹੋ ਗਿਆ। ਤੁਹਾਡੇ ਬੱਚੇ ਹੈ ਜੀ? ਤੀਨ ਲੜਕੀ ਇੱਕ ਲੜਕਾ ਹੈ? ਦੋ ਲੜਕੇ। ਦੋ ਲੜਕੇ ਹੈ, ਦੋ ਲੜਕੀਆਂ। ਕਾਮ ਕਿਆ ਕਰਤੇ ਥੇ ਤੁਮ? ਲੋਹਾ ਪਲਾਂਟ। ਲੋਹਾ ਪਲਾਂਟ ਮੇ? ਨਾਮ ਕਿਆ ਹੈ ਤੁਹਾਡਾ? ਅਰਵਿੰਦ ਕੁਮਾਰ। ਬਿਹਾਰ ਸੇ ਹੋ? ਜੀ ਸਰ। ਕਿ ਯੂਪੀ ਸੇ ਹੋ? ਬਿਹਾਰ। ਪੰਜਾਬ ਮੇ ਕਿਤਨੇ ਸਾਲ ਸੇ ਹੋ? 15 ਸਾਲ ਸੇ ਪੰਜਾਬ ਮੇ ਹੋ। ਤੁਸੀਂ ਭੈਣ ਲੈ ਕੇ ਜੰਡਾਲੀ ਤੋਂ? ਜੰਡਾਲੀ ਤੋਂ ਲੈ? ਹਾਂ ਹਾਂ ਮੈਨੂੰ ਪਤਾ, ਦੱਸਿਆ ਸੀ। ਠੀਕ ਹੈ ਠੀਕ ਹੈ ਭੈਣ। ਸਾਰੇ ਕਹਿੰਦੇ ਐਂ ਹੋ ਜੂ ਇਹਨੂੰ, ਮੈਂ ਕਿਹਾ ਚੱਲ ਦੇਖੀ ਜਾਓ। ਫਿਰ ਮੈਂ ਹੁਣ ਬੱਬੂ ਹੋਣਾ ਨੇ ਕੱਲ ਪਰਸੋਂ ਦੀ ਬੱਬੂ ਹੋਣਾ ਦੇ ਪਿੱਛੇ ਪਈ ਆ ਵੀ ਮੇਰਾ ਇਹਦਾ ਹੱਲ ਕਰਾਓ ਵਿਚਾਰੇ ਦਾ। ਜੰਡਾਲੀ ਰਹਿੰਦੇ? ਆਪਣੇ ਕੁਆਟਰਾਂ 'ਚ ਰਹਿੰਦੇ? ਹਾਂਜੀ ਹਾਂਜੀ ਆਪਣੇ ਫ੍ਰੀ ਹੋ ਰਹਿੰਦੇ ਨੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਰਵਿੰਦ ਕੁਮਾਰ ਤੁਸੀਂ ਦੇਖਦੇ ਹੋ ਵੀਲ ਚੇਅਰ 'ਤੇ, ਅਰਵਿੰਦ ਕੁਮਾਰ ਦੇ ਟੈਸਟੀਕਲ 'ਚ ਪਾਣੀ ਭਰਿਆ ਹੋਇਆ ਵਾ, ਪੇਟ 'ਚ ਵੀ ਪਾਣੀ ਭਰਿਆ ਹੋਇਆ, ਸਕਿਨ ਦੀ ਬਿਮਾਰੀ ਹੈ। ਦੇਖੋ
ਸਾਰਾ ਮਾਸ ਜਿਵੇਂ ਸੱਪ ਦੀ ਕੰਜ ਲੈਂਦੀ ਹੈ ਛਿਲਕੇ ਲਈ ਜਾਂਦੇ ਆ, ਨਾਲ ਟੀ ਬੀ ਦੀ ਬਿਮਾਰੀ ਆ ਅਤੇ ਪਿੱਛੇ ਚਾਰ ਬੱਚੇ ਆ ਨਿੱਕੇ ਨਿੱਕੇ। ਅਰਵਿੰਦ ਕੁਮਾਰ ਲੋਹੇ ਦੀ ਫੈਕਟਰੀ 'ਚ ਕੰਮ ਕਰਦਾ ਸੀ, ਦੋ ਬੇਟੇ ਆ ਨਿੱਕੇ ਨਿੱਕੇ ਅਤੇ ਦੋ ਬੇਟੀਆਂ ਵਾ, ਕਿਵੇਂ ਨਾ ਕਿਵੇਂ ਆਪਣੇ ਬੱਚਿਆਂ ਨੂੰ ਪਾਲਦਾ ਸੀ, ਪੰਜਾਬ ਦੇ ਵਿੱਚ ਆਇਆ ਸੀ ਬੱਚਿਆਂ ਦੇ ਚੰਗੇ ਭਵਿੱਖ ਲਈ, ਜਿਵੇਂ ਕਿ ਸਾਡੇ ਲੋਕ ਅਸੀਂ ਚੰਗੇ ਭਵਿੱਖ ਲਈ ਹੋਰ ਥਾਵਾਂ 'ਤੇ ਜਾਂਦੇ ਹਾਂ, ਤਾਂ ਇਹ ਪਰਦੇਸੀ ਇੱਥੇ ਆਇਆ ਸੀ ਪੰਜਾਬ 'ਚ। ਪਰ ਹੁਣ ਪਿਛਲੇ ਕਈ ਸਾਲਾਂ ਤੋਂ ਇਹ ਬਿਮਾਰੀ ਤੋਂ ਪੀੜਿਤ ਆ, ਕਿਰਾਇਆ ਵੀ ਨਹੀਂ ਦਿੱਤਾ ਜਾਂਦਾ, ਭੈਣ ਹੁਣੀ ਮਕਾਨ ਮਾਲਕ ਨੇ ਜਿਨ੍ਹਾਂ ਦੇ ਘਰ ਰਹਿੰਦੇ ਸਾਡੇ, ਮੇਰੇ ਬੱਬੂ ਵੀਰ ਹੁਣੀ ਸਾਡਾ ਛੋਟਾ ਭਰਾ, ਉਹਨਾਂ ਦੇ ਅੱਗੋਂ ਰਿਸ਼ਤੇਦਾਰ ਵੀ ਨੇ ਜੰਡਾਲੀ ਤੋਂ, ਕੁਹਾੜਾ ਜੰਡਾਲੀ ਤੋਂ ਆਏ ਨੇ, ਇਹ ਕਿਰਾਇਆ ਵੀ ਨਹੀਂ ਲੈ ਰਹੇ, ਫ੍ਰੀ 'ਚ ਰੱਖਿਆ ਹੋਇਆ। ਆਪਦੇ ਵੱਲੋਂ ਜਿੰਨੀ ਮਦਦ ਹੋ ਸਕਦੀ ਉਹ ਵੀ ਕਰਦੇ ਨੇ, ਕਿਉਂਕਿ ਬੱਚਿਆਂ ਨੂੰ, ਮਾਸੂਮ ਬੱਚਿਆਂ ਨੂੰ ਦੇਖ ਕੇ ਕੋਈ ਵੀ ਇਨਸਾਨ ਦਾ ਦਿਲ ਆ ਜਿਹੜਾ ਪਸੀਜ ਜੂਗਾ ਵੀ ਇਹਨਾਂ ਬੱਚਿਆਂ ਦਾ ਕੀ ਕਸੂਰ ਆ, ਪੜ੍ਹਾਈ ਵੀ ਖਰਾਬ ਹੋ ਰਹੀ ਆ, ਜ਼ਿੰਦਗੀ ਵੀ ਖਰਾਬ ਹੋ ਰਹੀ ਆ, ਬਾਪ ਹਸਪਤਾਲਾਂ ਦੇ ਵਿੱਚ ਆ ਅਤੇ ਮਾਂ ਪੋਚੇ ਪਾਚੇ ਲਾ ਕੇ ਲੋਕਾਂ ਦੇ ਘਰਾਂ 'ਚ ਕਿਵੇਂ ਨਾ ਕਿਵੇਂ ਝਾੜੂ ਲਾ ਕੇ ਰੋਟੀ ਖਵਾ ਰਹੀ ਆ। ਕੰਮ ਕਰਦੇ ਹੋ ਆਪ? ਪਹਿਲੇ ਕੰਮ ਕਰਦੇ ਸੀ, ਨਿੱਕਾ ਜਿਹਾ 6 ਮਹੀਨੇ ਦਾ ਬੱਚਾ ਗੋਦ ਦੇ ਵਿੱਚ ਆ, ਅਤੇ ਵਰਿੰਦਰ ਬੱਚਾ ਹੁਣ ਕਿ 2 ਮਹੀਨੇ ਬਾਅਦ ਬਿਮਾਰ ਪੜ ਗਿਆ, ਅਤੇ ਅਰਵਿੰਦ ਕੁਮਾਰ ਲਈ ਅਰਦਾਸ ਕਰਿਓ। ਅਰਵਿੰਦ ਕੁਮਾਰ ਕੁਆਟਰ ਦੇ ਵਿੱਚ ਪਿਆ ਸੀ ਕਮਰੇ ਦੇ ਵਿੱਚ, ਬੇਆਸ ਹੋਏ ਪਏ ਸੀ ਕਿਉਂਕਿ ਪੈਸਾ ਕੋਲੇ ਨਹੀਂ ਸੀ ਇਲਾਜ ਲਈ, ਅਤੇ ਨਿੱਕੇ ਨਿੱਕੇ ਬੱਚੇ ਆਪਣੇ ਮਾਂ ਬਾਪ ਨੂੰ ਇਸ ਤਰ੍ਹਾਂ ਦੇ ਹਾਲਾਤ 'ਚ ਦੇਖਦੇ ਸੀ, ਆਪਣੇ ਬਾਪ ਨੂੰ ਇਸ ਹਾਲਾਤ 'ਚ ਦੇਖਦੇ ਸੀ, ਤਾਂ ਉਹਨਾਂ ਬੱਚਿਆਂ ਦੇ ਮਨ 'ਤੇ ਕੀ ਅਸਰ ਪੈਂਦਾ ਸੀ ਇਹ ਆਪਾਂ ਸੋਚ ਵੀ ਨਹੀਂ ਸਕਦੇ। ਬਹੁਤ ਸ਼ੁਕਰੀਆ ਭੈਣ ਜੀ ਉਹਨਾਂ ਦਾ। ਭੈਣ ਜੀ ਕੀ ਨਾਂ ਤੁਹਾਡਾ? ਪਰਮਜੀਤ ਕੌਰ। ਭੈਣ ਤੁਹਾਡਾ? ਜਸਵਿੰਦਰ। ਭੈਣ ਅਤੇ ਪਰਮਜੀਤ ਭੈਣ ਉਹਨਾਂ ਨੇ ਇਹ ਉਪਰਾਲਾ ਕੀਤਾ, ਪਹਿਲਾਂ ਸਾਡੇ ਨਾਲ ਸੰਪਰਕ ਕੀਤਾ, ਵੀਡੀਓ ਬਣਾ ਕੇ ਭੇਜੀ ਅਤੇ ਹੁਣ ਇੱਥੇ ਲੈ ਕੇ ਆਏ ਨੇ। ਇਹ ਇਨਸਾਨੀਅਤ ਦਾ ਆਪਣਾ ਫਰਜ਼ ਨਿਭਾਉਣ ਵਾਸਤੇ ਇੱਥੇ ਪਹੁੰਚੇ ਆ, ਅਗਲਾ ਫਰਜ਼ ਤੁਸੀਂ ਵੀ ਨਿਭਾਇਓ। ਕੁਛ ਨਹੀਂ ਚਾਹੀਦਾ, ਬਸ ਅਰਦਾਸ ਕਰ ਦਿਓ ਵੀ ਇਹ ਗਰੀਬ, ਇਹ ਪਰਦੇਸੀ ਠੀਕ ਹੋ ਜਾਵੇ, ਆਪਣੇ ਬੱਚਿਆਂ ਦੇ ਸਿਰ 'ਤੇ ਹੱਥ ਰੱਖਣ ਜੋਗਾ ਹੋ ਜਾਵੇ, ਆਪਣੀਆਂ ਧੀਆਂ ਨੂੰ ਆਪਣੇ ਪੁੱਤਾਂ ਨੂੰ ਸਾਂਭਣ ਜੋਗਾ ਹੋ ਜਾਵੇ। ਬਸ ਇੰਨੀ ਕੁ ਬੇਨਤੀ ਹੈ ਸਾਡੀ, ਅਰਦਾਸ ਕਰਿਓ ਜੀ। ਵਾਹਿਗੁਰੂ ਮਿਹਰ ਕਰਨ, ਸਰਬੱਤ ਦਾ ਭਲਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਕੋਈ ਬਾਤ ਨਹੀਂ ਵਰਿੰਦਰ ਜੀ, ਫਿਕਰ ਮਤ ਕਰੋ, ਭਗਵਾਨ ਅੱਛਾ ਕਰੇਗਾ ਸਭ ਸਭ ਅੱਛਾ। ਹਾਂ ਕਰਵਾਤੇ ਹੈ ਭਰਤੀ, ਕਰਵਾਤੇ ਹੈ, ਕਰਵਾਤੇ।